ਖਬਰ ਲੈਂਦੇ ਹਾਂ ਜ਼ੀਰੇ ਤੋਂ। ਮਾਮਲਾ ਤਹਿਸੀਲ ਜ਼ੀਰੇ ਦਾ ਹੈ ਜਿੱਥੇ ਇੱਕ ਮੈਡੀਕਲ ਸਟੋਰ ਵੱਲੋਂ ਇੱਕ NGO ਦੇ ਮੈਂਬਰ ਕੋਲੋਂ ਮਾਸਕ ਖਰੀਦਣ ਤੇ ਵੱਧ ਪੈਸੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੋਮਲ ਸਚਦੇਵਾ ਮੈਂਬਰ ਹੈਲਪਿੰਗ ਹੈੱਡ ਜ਼ੀਰਾ ਨੇ ਦੱਸਿਆ ਹੈ ਕਿ ਬੀਤੀ ਦਿਨ ਉਸ ਵੱਲੋਂ ਜ਼ੀਰਾ ਦੇ ਰੇਲਵੇ ਰੋਡ ਸਥਿਤ ਗਰੋਵਰ ਮੈਡੀਕਲ ਹਾਲ ਤੋਂ ਕੁਝ ਮਾਸਕ ਖਰੀਦੇ ਸਨ ਅਤੇ ਦੁਕਾਨਦਾਰ ਵੱਲੋਂ ਇੱਕ ਮਾਸਕ ਦੀ ਕੀਮਤ 150 ਰੁਪਏ ਦੇ ਹਿਸਾਬ ਨਾਲ ਪੈਸੇ ਲੈ ਗਏ ਸਨ। ਉਹਨਾਂ ਦੇ ਕਹਿਣ ਦੇ ਮੁਤਾਬਕ ਇਸ ਸੰਬੰਧ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਦੇ ਚੱਲਦਿਆਂ ਅੱਜ ਡਰੱਗ ਇੰਸਪੈਕਟਰ ਫਿਰੋਜ਼ਪੁਰ ਹਰਜਿੰਦਰ ਸਿੰਘ ਵੱਲੋਂ ਗਰੋਵਰ ਮੈਡੀਕਲ ਹਾਲ ਦੀ ਚੈਕਿੰਗ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਸਕੱਤਰ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਲੋਕਾਂ ਪਾਸੋਂ ਮਿਲੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਅੱਜ ਇਸ ਮੈਡੀਕਲ ਹਾਲ ਦੀ ਚੈਕਿੰਗ ਕੀਤੀ ਗਈ ਹੈ ਅਤੇ ਦੁਕਾਨਦਾਰ ਨੂੰ ਸ਼ੋਅ ਕੇਸ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਹੀ ਇਸੇ ਮੈਡੀਕਲ ਸਟੋਰ 'ਤੇ ਡਰੱਗ ਇੰਸਪੈਕਟਰ ਸਾਹਿਬ ਵੱਲੋਂ ਰੇਡ ਕੀਤੀ ਗਈ ਸੀ ਅਤੇ ਉਹਨਾਂ ਨੇ ਗੱਲ ਕਹੀ ਸੀ ਕਿ ਇਸ ਦੁਕਾਨਦਾਰ ਦਾ ਕਰਫਿਊ ਦੌਰਾਨ ਦਵਾਈਆਂ ਵੇਚਣ ਦਾ ਪਰਮਿਟ ਖਾਰਜ ਕਰ ਦਿੱਤਾ ਗਿਆ ਹੈ, ਲੇਕਿਨ ਇਸ ਗੱਲ ਤੋਂ ਅਗਲੇ ਦਿਨ ਹੀ ਦੁਕਾਨਦਾਰ ਵੱਲੋਂ ਮਾਨਯੋਗ SMO ਸਿਵਲ ਹੌਸਪੀਟਲ ਜ਼ੀਰਾ ਪਾਸੋਂ ਇਜਾਜ਼ਤ ਲੈ ਕੇ ਦੁਬਾਰਾ ਆਪਣਾ ਮੈਡੀਕਲ ਸਟੋਰ ਖੋਲ੍ਹ ਲਿਆ ਹੈ। ਸ਼ਿਕਾਇਤਕਰਤਾ ਵੱਲੋਂ ਪੰਜਾਬ ਸਰਕਾਰ ਪਾਸੋਂ ਇਸ ਦੁਕਾਨਦਾਰ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮੈਂ ਕੋਮਲ ਕੁਮਾਰ, ਸਨ ਆਫ ਸ਼੍ਰੀ ਯੋਗਰਾਜ, ਵਾਰਡ ਨੰਬਰ 5 ਦਾ ਰਹਿਣ ਵਾਲਾ ਹਾਂ। ਮੈਂ ਗਰੋਵਰ ਮੈਡੀਕਲ ਹਾਲ ਦੇ ਆਇਆ ਜਿੱਥੋਂ ਕਿ ਮੈਂ ਚਾਰ ਮਾਸਕ ਅਤੇ ਇੱਕ ਸੈਨੀਟਾਈਜ਼ਰ ਲਿਆ, ਜਿਹੜਾ ਕਿ ਇਹਨਾਂ ਨੇ ਮੇਰੇ ਤੋਂ 820 ਰੁਪਏ ਲਏ ਅਤੇ ਮੈਂ ਪੁੱਛਿਆ ਕਿ ਕਿੱਦਾਂ, ਉਹ ਕਹਿੰਦਾ ਕਿ ਚਾਰ ਮਾਸਕ 150-150 ਰੁਪਏ ਦੇ ਹਿਸਾਬ ਨਾਲ 220 ਰੁਪਏ ਦਾ ਮਾਸਕ ਹੈ, 820 ਰੁਪਏ ਲਏ ਅਤੇ ਜਿਹੜਾ ਕਿ ਇਹਨਾਂ ਨੇ ਮੇਰੇ ਤੋਂ ਪੂਰੇ ਵਸੂਲੇ। ਅਤੇ ਮੈਂ NGO 'ਚ ਕੰਮ ਕਰਦਾ ਹਾਂ, ਇਹਨਾਂ 'ਤੇ ਯਾਨੀ ਕਿ ਇਹਨਾਂ ਨੇ NGO ਹੀ ਨਹੀਂ ਬਖਸ਼ਿਆ, ਇੰਨੇ ਪੈਸੇ ਲਏ ਮੇਰੇ ਤੋਂ, ਅਤੇ ਇਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ ਅਤੇ ਜਿਹਦੇ 'ਚ ਕਿ ਇਹ ਆਮ ਪਬਲਿਕ ਦਾ ਕੀ ਹਾਲ ਕਰਦੇ ਹੋਣਗੇ, ਜਿਹੜਾ ਕਿ ਸਾਨੂੰ ਜੋ ਲੋਕਾਂ ਦੀ ਅਸੀਂ ਸੇਵਾ ਕਰ ਰਹੇ ਹਾਂ ਉਹਨਾਂ ਨੂੰ ਹੀ ਨਹੀਂ ਬਖਸ਼ ਰਹੇ, ਅਤੇ ਆਮ ਪਬਲਿਕ ਨੂੰ ਕੀ ਬਖਸ਼ਦੇ ਹੋਣਗੇ। ਇਸ ਕਰਕੇ ਮੈਂ ਸਰਕਾਰ ਅੱਗੇ ਮੰਗ ਕਰਦਾ ਕਿ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਇਹਨਾਂ ਨੂੰ ਸੁਧਾਰਿਆ। ਮੈਂ ਅਮਨਦੀਪ ਕੁਮਾਰ, ਪੁੱਤਰ ਵਿਜੇ ਕੁਮਾਰ, ਵਾਰਡ ਨੰਬਰ 10 ਵਾਸੀ ਜ਼ੀਰਾ ਦਾ ਰਹਿਣ ਵਾਲਾ ਹਾਂ। ਬੇਨਤੀ ਹੈ ਕਿ ਮੈਂ ਆਪਣੀ ਮਾਤਾ ਜੀ ਦੀ ਦਵਾਈ 23 ਮਾਰਚ 2020 ਨੂੰ ਗਰੋਵਰ ਮੈਡੀਕਲ ਤੋਂ ਲੈਣ ਗਿਆ ਸੀ, ਜਦਕਿ ਕਰਫਿਊ ਲੱਗੇ ਹੋਣ ਦੇ ਬਾਵਜੂਦ ਮੈਂ ਇਹਨਾਂ ਕੋਲ ਜਦੋਂ ਦਵਾਈ ਲੈਣ ਗਿਆ ਤਾਂ ਇਹਨਾਂ ਨੇ ਮੈਨੂੰ ਜਿਹੜੀ ਦਵਾਈ ਮੈਨੂੰ 170 ਰੁਪਏ ਦੇ 4 ਪੱਤੇ ਬਾਬਾ ਪਰਸ਼ੋਤਮਦਾਸ ਮੈਡੀਕਲ ਤੋਂ ਨੋਰਮਲ ਦਿਨਾਂ ਦੇ ਵਿੱਚ ਮੈਂ ਲੈ ਕੇ ਆਉਂਦਾ ਹਾਂ, ਉਹ ਇਹਨਾਂ ਨੇ ਮੈਨੂੰ 200 ਰੁਪਏ ਲਗਾਏ। ਅਤੇ ਜਦਕਿ ਉਸ ਦੇ ਖਿਲਾਫ਼ ਮੈਂ ਇਹਨਾਂ ਨੂੰ ਕੋਈ ਗੱਲਬਾਤ ਨਹੀਂ ਕੀਤੀ, ਪਹਿਲਾਂ ਤਾਂ ਇਹਨਾਂ ਨੂੰ ਰਿਕੁਐਸਟ ਕੀਤੀ ਹੈ, ਕਹਿੰਦੇ ਲੱਗਣੇ ਇੰਨੇ ਦੀ ਹੈ, ਜੇ ਤਾਂ ਲੈਣੀ ਹੈ ਲਓ, ਨਹੀਂ ਤਾਂ ਜਾਓ। ਉਸ ਤੋਂ ਬਾਅਦ ਮੈਂ ਸ਼ਾਮ ਨੂੰ ਜਦੋਂ ਫੇਸਬੁੱਕ 'ਤੇ ਇਹਨਾਂ ਦੇ ਖਿਲਾਫ਼ ਖਬਰਾਂ ਦੇਖੀਆਂ ਤਾਂ ਮੈਂ ਉਹਦੇ ਵਿੱਚ ਕਮੈਂਟ ਕੀਤਾ ਕਿ ਇਹ ਮੈਡੀਕਲ ਸੀਲ ਹੋਣਾ ਚਾਹੀਦਾ, ਤਾਂ ਇਸ ਦੇ ਮਾਲਕ ਵਰਿੰਦਰ ਕੁਮਾਰ ਜੋਲੀ ਜੋ ਕਿ ਗਰੋਵਰ ਮੈਡੀਕਲ ਦਾ ਮਾਲਕ ਹੈ, ਉਸਨੇ ਮੈਨੂੰ ਧਮਕੀ ਦਿੱਤੀ ਕਿ ਇੱਦਾਂ ਪੋਸਟਾਂ 'ਤੇ ਨਹੀਂ ਸੀਲ ਹੋਣਾ, ਤੂੰ ਸਵੇਰੇ ਆ ਕੇ ਖੁਦ ਆਪ ਕਰਕੇ ਦਿਖਾ ਦੇ। ਤਾਂ ਮੈਂ ਪ੍ਰਸ਼ਾਸਨ ਪਾਸੋਂ ਮੰਗ ਕਰਦਾ ਕਿ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ। ਅੱਜ ਹਾਇਰ ਅਥੋਰਟੀ ਦਾ ਡਾਇਰੈਕਸ਼ਨ ਸੀ ਅਤੇ ਇੱਕ ਕੰਪਲੇਂਟ ਜਿਹੜੀ ਸਾਨੂੰ SMO ਸਾਹਿਬ ਨੇ ਦਿੱਤੀ ਆ ਕਿ ਰਿਗਾਰਡਿੰਗ ਕਿ ਬਲੈਕ ਮਾਰਕੀਟਿੰਗ ਆਫ ਮਾਸਕ ਐਂਡ ਸੈਨੀਟਾਈਜ਼ਰ, ਉਹ ਰਿਗਾਰਡਿੰਗ ਦਾ ਸ਼ੋਪਰ ਮੈਸੇਜ ਚੈੱਕ ਬਾਏ ਦਾ ਟੀਮ ਮੈਂਬਰਸ SMO ਮਨਜੀਤ ਕੌਰ ਜੀ ਮੇਰੇ ਵੱਲੋਂ ਅਤੇ ਨਾਲ ਪਲੱਸ ਪੁਲਿਸ ਡਿਪਾਰਟਮੈਂਟ ਵੱਲੋਂ, ਅਤੇ ਉਹਦੇ ਰਿਗਾਰਡਿੰਗ ਸਾਨੂੰ ਇਸ ਦੁਕਾਨ ਦੇ ਚੁਣਨ ਪਰ ਕੰਪਲੇਂਟ ਕਰਤਾ ਦੇ ਉਹਦੀ ਹਾਜ਼ਰੀ 'ਚ ਦੁਕਾਨ ਚੈੱਕ ਕੀਤੀ ਗਈ ਆ ਅਤੇ ਉਹਦੀ ਹੀ ਸਾਈਨ ਕਰਾ ਲਈ ਹੈ। ਸਰ ਕੁਝ ਦਿਨ ਪਹਿਲਾਂ ਵੀ ਤੁਸੀਂ ਇੱਥੇ ਚੈੱਕ ਕੀਤਾ ਸੀ, ਜਿਹੜੀ ਫਰਦਰ ਇਹਨੇ ਸ਼ੋਕ ਐਸ ਨੋਟਿਸ 'ਤੇ ਡਿਲੀਵਰ ਹੋ ਚੁੱਕਾ ਵਾ ਅਤੇ ਉਹਦੇ ਰਿਗਾਰਡਿੰਗ ਆਪਣਾ ਇਹ ਸਭ ਕੀ ਕਾਰਨ ਹੈ ਅਤੇ ਵਾਰ ਵਾਰ ਕਰਨ ਦੇ ਵੀ ਬਾਵਜੂਦ ਇਸ ਫਰਮ ਦੇ ਉੱਪਰ ਕਾਰਵਾਈ ਨਹੀਂ ਕਰ ਰਹੀ?
ਇਹਨਾਂ ਨੂੰ ਅਸੀਂ ਫਰਮ ਦੇ ਉੱਪਰ ਕਾਰਵਾਈ ਜਿਹੜੀ ਅਸੀਂ ਡਰੈਗਨ ਕੋਸਮੈਟਿਕ ਦੇ ਜਿਹਨਾਂ ਅਸੀਂ ਉਹ ਕਰ ਸਕਦੇ ਹਾਂ ਉਹ ਕਰ ਰਹੇ ਹਾਂ। ਸਰ ਅੱਜ ਵੀ ਲੋਕ ਕੰਪਲੇਂਟ ਕਰ ਰਹੇ ਨੇ ਕਿ ਇਹਨਾਂ ਵੱਲੋਂ ਮਾਸਕ ਔਰ ਸੈਨੀਟਾਈਜ਼ਰ ਵਗੈਰਾ ਮਹਿੰਗੇ ਰੇਟ 'ਤੇ ਵੇਚ ਰਹੇ। ਇਹਦੀ ਖੁਦ ਹੀ ਮਿਸਾਲ ਐਕਸਟੈਂਸ਼ਨ ਐਂਡ ਕਮਿਊਨਿਟੀ ਐਕਟ ਦੇ ਵਿੱਚ ਇਹ ਤੋਂ ਸਿੱਧੀ ਜਿਹੜੇ ਵੀ ਬੰਦੇ ਨੂੰ ਇਸਦੇ ਰਿਗਾਰਡਿੰਗ ਦੀ ਕੋਈ ਕੰਪਲੇਂਟ ਆਉਂਦੀ ਹੈ ਸਿੱਧੀ ਉਹ ਪਰਮਿਸ਼ਨ ਹੈ ਉਹ ਸਾਡੇ ਵੱਲੋਂ ਨਹੀਂ ਦਿੱਤੀ ਜਾਂਦੀ, ਉਹ ਡਰੱਗ ਇੰਸਪੈਕਟਰ ਵੱਲੋਂ ਹੀ ਦਿੱਤੀ ਜਾਂਦੀ ਹੈ। ਜਿਹੜੀ ਲਾਸਟ ਇਹ ਸੀਗਾ ਕਿ ਕੋਈ ਜਿਹੜੀ ਇਹਨਾਂ ਦੀ ਕੋਈ ਰਿਟਰਨ ਪ੍ਰਸ਼ਾਸਨ ਵੱਲੋਂ ਜਾਂ SDM ਸਾਹਿਬ ਵੱਲੋਂ ਜਾਂ ਡਰੱਗ ਇੰਸਪੈਕਟਰ ਵੱਲੋਂ ਕੋਈ ਵੀ ਰਿਟਰਨ ਕਿਸੇ ਵੀ ਬੰਦੇ ਦੀ ਕੋਈ ਕੰਪਲੇਂਟ ਜਾਂ ਉਹਨਾਂ ਵੱਲੋਂ ਕੋਈ ਲੈਟਰ ਨਹੀਂ ਆਈ ਇਸ ਦੇ ਰਿਗਾਰਡਿੰਗ। ਮਤਲਬ ਇਹ ਕਿਸੇ ਮੇਰੇ ਕੋਲ ਕੋਈ ਆਫੀਸ਼ੀਅਲੀ ਕੋਈ ਇੱਦਾਂ ਦਾ ਨਹੀਂ ਹੈਗਾ। ਅਤੇ ਜਿਹੜੀ ਪਰਮਿਸ਼ਨ ਵੀ ਦਿੱਤੀ ਗਈ ਹੈ ਉਹ ਸਾਰੀ ਆਪਣੇ SDM ਸਾਹਿਬ ਦੀ ਮੀਟਿੰਗ ਹੋਈ ਸੀਗੀ, ਬਕਾਇਦਾ MLA ਸਾਹਿਬ ਨਾਲ ਮੀਟਿੰਗ ਹੋਈ ਸੀਗੀ, ਉਹਨਾਂ ਨੇ ਹੀ ਕਿਹਾ ਪਰਮਿਟ ਕੀਤਾ ਸੀਗਾ ਕੀ ਕਰਫਿਊ ਦਰਮਿਆਨ। ਇਹਦੇ 'ਚ ਤਾਂ ਦੇਖੋ ਹਾਏ ਤੁਹਾਨੂੰ DC ਸਾਹਿਬ ਜ਼ਿਆਦਾ ਦੱਸਣਗੇ ਕੀ ਹੈ। ਫਿਲਹਾਲ ਤਾਂ ਇਹੀ ਹੈ ਵੀ ਅਜੇ ਜੋ ਚੱਲ ਰਿਹਾ ਹੋਮ ਡਿਲੀਵਰੀ ਵਾਲਾ ਹੀ ਚੱਲ ਰਿਹਾ, ਕਾਊਂਟਰ ਸੇਲ ਤਾਂ ਅਜੇ ਵੀ ਬੰਦ ਹੀ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫ੍ਰੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3-5 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਰਿਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।